ਮੁਗੇ ਜ਼ਿਲ੍ਹੇ ਦੇ ਵਿੱਚ ਤਨਾਤ ਇੱਕ ਐਸਐਚਓ ਰੈਂਕ ਦੀ ਕੁੜੀ ਨੇ ਇੱਕ ਡੀਐਸਪੀ ਤੇ ਜਸਮਾਨੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸੀ। ਮਾਮਲਾ ਸਰਕਾਰ ਦੇ ਵਿਚਾਰ ਦੀਨ ਪਰ ਇੱਕ ਹੋਰ ਅਜੀਹਾ ਮਾਮਲਾ ਸਾਹਮਣੇ ਆਇਆ ਕਿ ਜ਼ਿਲ੍ਹੇ ਦਾ ਇੱਕ ਐਸਐਸਪੀ ਹੀਠਲੇਕ ਸਟਾਫ ਖਾਸ ਕਰਕੇ ਔਰਤਾਂ ਤੇ ਗੰਦੀ ਨਜ਼ਰ ਰੱਖਦਾ ਔਰ ਖਾਸ ਕਰਕੇ ਜਿਹੜੀਆਂ ਮੈਲਾ ਸਟਾਫ ਫੱਬਦੀਆਂ ਨੇ ਸੁੰਦਰ ਨੇ ਉਹਨਾਂ ਤੇ ਭੈੜੀ ਨਜ਼ਰ ਰੱਖਦਾ ਤੇ ਹੁਣ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਮਹਿਲਾ ਕਰਮਚਾਰੀਆਂ ਵੱਲੋਂ ਚਿੱਠੀ ਦੇ ਵਿੱਚ ਉਸ ਅਫਸਰ ਤੇ ਪੰਜ ਵੱਡੇ ਦੋਸ਼ ਲਗਾਏ ਨੇ ਇੱਕ ਉਹ ਸੋਹਣੀਆਂ ਮੁਲਾਜ਼ਮਾਂ ਤੇ ਨਜ਼ਰ ਰੱਖਦਾ ਦੂਜਾ ਮਹਿਲਾ ਐਸਐਚਓ ਜਾਂ ਡੀਐਸਪੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਮੈਨੂੰ ਸਹਿਯੋਗ ਦਿਓ ਤੀਜੀ ਪ੍ਰਮੋਸ਼ਨ ਦਾ ਲਾਲਚ ਦੇ ਕੇ ਗਲਤ ਕੰਮ ਕਰਵਾਉਂਦੇ ਚੌਥਾ ਗਰੋ ਕੰਮ ਕਰਿਆ ਤੇ ਅਮੀਰ ਘਰਾਂ ਦੇ ਲੜਕੇ ਫਸਾਏ ਜਾਂਦੇ ਨੇ ਪੰਜਵਾਂ ਵਿਧਵਾ ਕਾਂਸਟੇਬਲਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਇਹ ਪੰਜ ਇਲਜ਼ਾਮ ਚਿੱਠੀ ਦੇ ਵਿੱਚ ਲਿਖੇ ਨੇ ਤੇ ਜਿਸ ਤੋਂ ਬਾਅਦ ਜਾਂਚ ਸ਼ੁਰੂ ਹੁੰਦੀ ਕਿ ਨਹੀਂ ਹੁੰਦੀ ਪਰ ਜੋ ਚਿੱਠੀ ਵਾਇਰਲ ਹੋ ਰਹੀ ਆ ਉਹਦੇ ਨਾਲ ਸਰਕਾਰ ਨੂੰ ਤੇ ਮਹਿਕਮੇ ਨੂੰ ਭਾਜੜਾ ਪੈ ਗੀਆਂ ਨੇ ਕਿ ਆਖਰ ਪੂਰਾ ਮਸਲਾ ਕੀ ਆ ਇਸ ਮਸਲੇ ਦੇ ਵਿੱਚ ਮਹਿਕਮਾ ਹੁਣ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਚਿੱਠੀ ਮਿਲੀ ਆ ਸ਼ਿਕਾਇਤ ਪਰ ਉਹਦੇ ਕੋਲ ਫਿਲਹਾਲ ਸ਼ਿਕਾਇਤ ਨਹੀਂ ਆਈ ਅਗਰ ਸ਼ਿਕਾਇਤ ਆਏਗੀ ਤੇ ਲਾਜ਼ਮੀ ਤੌਰ ਤੇ ਉਹਦੀ ਜਾਂਚ ਕਰਵਾਈ ਜਾਏਗੀ ਹੁਣ ਗੱਲ ਇੱਕ ਆਈਪੀਐਸ ਅਫਸਰ ਦੀ ਆ ਜਿਸ ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਨੇ ਚਿੱਠੀ ਵਾਇਰਲ ਹੋ ਚੁੱਕੀ ਆ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਆ ਉਸ ਚਿੱਠੀ ਤੇ ਸੱਤ ਮਹਿਲਾ ਸਟਾਫ ਦੇ ਦਸਤਕਤ ਨੇ ਹੁਣ ਇਹ ਵਿਵਾਦ ਵੱਧ ਗਿਆ ਪੂਰਾ ਮਸਲਾ ਕੀ ਹੈ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਫਸਰ ਤੇ ਮਹਿਲਾ ਪੁਲਿਸ ਕਰਮਚਾਰੀਆਂ ਵੱਲੋਂ ਜਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਨੇ ਮਹਿਲਾ ਪੁਲਿਸ ਕਰਮੀਆਂ ਨੇ ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਚਿੱਠੀ ਲਿਖੀ ਹੈ ਇਹ ਚਿੱਠੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਇਸ ਚਿੱਠੀ ਤੇ ਸੱਤ ਮਹਿਲਾ ਕਰਮਚਾਰੀਆਂ ਦੇ ਦਸਤਕਤਾਂ ਚਿੱਠੀ 'ਚ ਦੋਸ਼ ਲਗਾਇਆ ਗਿਆ ਕਿ ਇੱਕ ਆਈਪੀਐਸ ਅਫਸਰ ਨੇ ਇੱਕ ਮਹਿਲਾ ਪੁਲਿਸ ਅਧਿਕਾਰੀ ਨਾਲ ਮਿਲ ਕੇ ਉਸਤੇ ਸਰੀਰਕ ਸੰਬੰਧ ਬਣਾਉਣ ਵਾਸਤੇ ਉਸਤੇ ਦਬਾਅ ਪਾਇਆ ਅਜਿਹਾ ਨਾ ਕਰਤੇ ਇਥੋਂ ਤੱਕ ਧਮਕੀ ਦੇ ਦਿੱਤੀ ਕਿ ਤੇਰੀ ਸਾਲਾਨਾ ਏਸੀਆ ਰਿਪੋਰਟ ਵੀ ਖਰਾਬ ਕਰ ਦਿੱਤੀ ਜਾਊਗੀ ਮਹਿਲਾ ਪੁਲਿਸ ਕਰਮਚਾਰੀਆਂ ਨੇ ਘਟਨਾ ਬਾਰੇ ਨੂੰ ਲੈ ਕੇ ਇੱਕ ਮਹਿਲਾ ਜੋ ਡੀਐਸਪੀ ਰੈਂਕ ਦੀ ਅਧਿਕਾਰੀ ਸੀ ਉਸ ਨੂੰ ਵੀ ਦੱਸਿਆ ਲੇਕਿਨ ਉਹਨੇ ਕਿਹਾ ਕਿ ਅੱਗੇ ਵਧੋਗੇ ਤਾਂ ਮੁਸ਼ਕਲ ਆਏਗੀ ਹੁਣ ਸੀਐਮ ਨੂੰ ਲਿਖੇ ਚਿੱਠੀ ਦੇ ਵਿੱਚ ਪੀੜਤ ਮਹਿਲਾ ਕਰਮਚਾਰੀਆਂ ਨੇ ਕਿਹਾ ਕਿ ਅਗਰ ਉਹਨਾਂ ਦੀ ਸ਼ਿਕਾਇਤ ਤੇ ਗੌਰ ਨਾ ਕੀਤਾ ਗਿਆ ਤਾਂ ਉਹ ਆਪਣੀ ਜੀਵਨ ਲੀਲਾ ਖਤਮ ਕਰ ਲਈ ਮਜਬੂਰ ਹੋਣਗੀਆਂ ਵਾਇਰਲ ਚਿੱਠੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਲਾਲ ਬੜੌਲੀ ਨੇ ਕਿਹਾ ਕਿ ਐਸਪੀ ਉੱਤੇ ਲੱਗੇ ਜਸਮਾਨੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਆਈਪੀਐਸ ਅਧਿਕਾਰੀ ਨੇ ਕਿਹਾ ਕਿ ਮੈਂ ਖੁਦ ਜਾਂਚ ਲਈ ਲਈ ਹੀ ਪੱਤਰ ਲਿਖਿਆ ਜਿਸ ਆਈਪੀਐਸ ਆਫੀਸਰ ਦੇ ਬਾਰੇ ਮੈਲਾ ਕਰਮਚਾਰੀਆਂ ਨੇ ਦੋਸ਼ ਲਗਾਏ ਨੇ ਉਹਨਾਂ ਦੋਸ਼ਾਂ ਦੇ ਸੰਬੰਧ ਵਿੱਚ ਇਸ ਆਈਪੀਐਸ ਆਫੀਸਰ ਨੇ ਕਿਹਾ ਕਿ ਚਿੱਠੀ ਵਿੱਚ ਜਿਸ ਦਾ ਨਾਮ ਉਹ ਕਹਿ ਰਹੇ ਨੇ ਕਿ ਇਹ ਚਿੱਠੀ ਸਾਡੇ ਵੱਲੋਂ ਨਹੀਂ ਲਿਖੀ ਗਈ ਇਸ ਲਈ ਫਿਰ ਮੈਂ ਆਪ ਹੀ ਇਨਕੁਇਰੀ ਵਾਸਤੇ ਹਾਈ ਅਥਾਰਟੀ ਨੂੰ ਰਿਕੁਐਸਟ ਕੀਤੀ ਆ ਔਰ ਜਾਂਚ ਤੋਂ ਬਾਅਦ ਸਾਰੇ ਪਹਿਲੂ ਸਾਹਮਣੇ ਆ ਜਾਣਗੇ ਔਰ ਇਸ ਮਸਲੇ 'ਚ ਮੈਂ ਖੁਦ ਹੀ ਡੀਜੀਪੀ ਨੂੰ ਵੀ ਜਾਣਕਾਰੀ ਦੇ ਦਿੱਤੀ ਆ ਉਹਨਾਂ ਆਈਪੀਐਸ ਨੇ ਇਹ ਵੀ ਲਿਖਿਆ ਕਿ ਜੋ ਮਹਿਲਾ ਪੁਲਿਸ ਕਰਮਚਾਰੀ ਏਸੀਆਰ ਖਰਾਬ ਹੋਣ ਦਾ ਜ਼ਿਕਰ ਕਰ ਰਹੀ ਹੈ ਉਹ ਹੁਣ ਖੁਦ ਹੀ ਚਿੱਠੀ ਨੂੰ ਲੈ ਕੇ ਮਨਾ ਕਰ ਰਹੀ ਹੈ ਜਦ ਤੱਕ ਇਹ ਚਿੱਠੀ ਵੈਰੀਫਾਈ ਨਹੀਂ ਹੋ ਜਾਂਦੀ ਤਦ ਤੱਕ ਕੁਛ ਵੀ ਨਹੀਂ ਕਿਹਾ ਜਾ ਸਕਦਾ ਇਸ ਦੀ ਜਿਹੜੀ ਜਾਂਚ ਚ ਜਾਰੀ ਹੈ ਉਧਰ ਜੋ ਮਹਿਲਾ ਕਰਮਚਾਰੀਆਂ ਵੱਲੋਂ ਚਿੱਠੀ ਲਿਖੀ ਗਈ ਹੈ ਉਹਦੇ ਚ ਪੰਜ ਵੱਡੇ ਦੋਸ਼ ਲਗਾਏ ਨੇ ਸਭ ਤੋਂ ਪਹਿਲਾਂ ਇੱਕ ਪੀੜਤ ਨੇ ਲਿਖਿਆ ਕਿ ਮੈਂ ਇੱਕ ਮਹਿਲਾ ਪੁਲਿਸ ਪੁਲਿਸ ਕਰਮਚਾਰੀ ਹਾਂ ਮੈਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੀ ਹਾਂ ਮੇਰੇ ਜ਼ਿਲ੍ਹੇ ਵਿੱਚ ਤਨਖਾਦ ਆਈਪੀਐਸ ਅਧਿਕਾਰੀ ਸੋਨੀਆ ਮਹਿਲਾ ਪੁਲਿਸ ਕਰਮਚਾਰੀਆਂ ਤੇ ਗੰਦੀ ਨਜ਼ਰ ਰੱਖਦਾ ਐਸਪੀ ਦੀ ਪਤਨੀ ਅਤੇ ਬੱਚੇ ਬਾਹਰ ਰਹਿੰਦੇ ਨੇ ਇੱਕ ਦਿਨ ਮਹਿਲਾ ਪੁਲਿਸ ਸਟੇਸ਼ਨ ਦੀ ਐਸਐਚਓ ਮੈਨੂੰ ਆਪਣੇ ਨਾਲ ਐਸਪੀ ਦੇ ਘਰ ਲੈ ਗਈ ਉਸ ਵਕਤ ਉਸ ਕੋਠੀ ਤੇ 메ਨ ਗੇਟ ਤੇ ਹੋਰ ਕੋਈ ਨਹੀਂ ਸੀ ਸਾਰ ਅਤੇ ਐਸਐਚਓ ਮੈਡਮ ਨੇ ਕਿਹਾ ਕਿ ਰਸੋਈ ਚ ਜਾ ਕੇ ਚਾਹ ਬਣਾ ਲਓ ਜਦ ਮੈਂ ਚਾਹ ਬਣਾ ਕੇ ਬਾਹਰ ਆਈ ਤਾਂ ਮੈਡਮ ਰੂਮ ਦੇ ਵਿੱਚ ਨਹੀਂ ਸੀ ਜਿਵੇਂ ਮੈਂ ਐਸਪੀ ਸਰ ਨੂੰ ਚਾਹ ਦੇਣ ਲੱਗੀ ਤਾਂ ਉਨੇ ਮੇਰਾ ਹੱਥ ਫੜ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਲੱਗਾ ਮੈਂ ਇਸ ਦਾ ਵਿਰੋਧ ਕੀਤਾ ਤੇ ਫਿਰ ਜ਼ਬਰਨ ਮੈਂ ਕਮਰੇ ਚੋਂ ਬਾਹਰ ਆ ਗਈ ਦੋਸ਼ ਜੋ ਦੂਜਾ ਵੱਡਾ ਲੱਗਾ ਕਿ ਜਦ ਮੈਂ ਕੈਂਪ ਆਫਿਸ ਦੇ ਬਾਹਰ ਪਹੁੰਚੀ ਤਾਂ ਮੈਂ ਵੇਖਿਆ ਕਿ ਮਹਿਲਾ ਐਸਐਚਓ ਮੈਡਮ ਉੱਥੇ ਹੀ ਬੈਠੀ ਸੀ ਮੈਂ ਮੈਡਮ ਨੂੰ ਅੰਦਰ ਦੀ ਗੱਲ ਦੱਸੀ ਤਾਂ ਉਹ ਮੇਰੇ ਤੇ ਭੜਕ ਗਈ ਕਹਿਣ ਲੱਗੀ ਕਿ ਅப்சਰਾ ਨੂੰ ਕੋਰਪੋਰੇਟ ਕਰਨਾ ਪੈਂਦਾ ਹੈ મેડમ ਦੀ એક ਗੱਲ ਸੁਣ ਕੇ ਮੈਂ ਰੋਂਦੇ ਹੋਏ ਐਸਪੀ ਦੇ ਘਰੋਂ ਬਾਹਰ ਆ ਗਈ ਫਿਰ ਮੈਂ ਇਹ ਗੱਲ ਮਹਿਲਾ ਡੀਐਸਪੀ ਨੂੰ ਦੱਸੀ ਤੇ ਡੀਐਸਪੀ ਨੇ ਮੇਰੇ ਕਹਾ ਕਿ ਪ੍ਰਮੋਸ਼ਨ ਦੇ ਲਈ ਅਪਸਰਾਂ ਨੂੰ ਕੋਆਪਰੇਟ ਕਰਨਾ ਪੈਂਦਾ ਹੈ ਇਸ ਲਈ ਮੇਰੀ ਗੱਲ ਤੇ ਧਿਆਨ ਦੇ ਥੋੜਾ ਕੋਆਪਰੇਟ ਕਰ ਇਸ ਤੋਂ ਬਾਅਦ ਦੇਖੋ ਤੁਹਾਡਾ ਪ੍ਰਮੋਸ਼ਨ ਪੱਕਾ ਅਤੇ ਉਸ ਤੋਂ ਬਾਅਦ ਤੁਸੀਂ ਰੁਪਈਆਂ ਦੇ ਵਿੱਚ ਖੇਡੋਗੇ ਇਹ ਗੱਲ ਸੁਣ ਕੇ ਮੈਂ ਆਫਿਸ ਤੋਂ ਬਾਹਰ ਚਲੇ ਗਈ ਇਸ ਤੋਂ ਬਾਅਦ ਮਹਿਲਾ ਥਾਣੇ ਦੀ ਐਸਐਚਓ ਮੇਰੇ ਪਿੱਛੇ ਪੈ ਗਈ ਮੇਰੀ ਏਸੀਆਰ ਖਰਾਬ ਕਰਦੀਆਂ ਧਮਕੀਆਂ ਦੇ ਕੇ ਮੈਨੂੰ ਮਾਨਸਿਕ ਰੂਪ ਨਾਲ ਟੌਰਚਰ ਕਰ ਲੰਗ ਪਈ ਤਿੱਜਾ ਦੋਸ਼ ਸੀਐਮ ਸਰ ਮੈਂ ਇੱਕ ਬੇहद ਗਰੀਬ ਪਰਿਵਾਰ ਦੀ ਕੁੜੀ ਆ ਤੁਹਾਡੀ ਭਾਜਪਾ ਸਰਕਾਰ ਵਿੱਚ ਮੈਂ ਇਮਾਨਦਾਰੀ ਤੋਂ ਬਿਨਾ ਕੋਈ ਵੀ ਅਜੀਹਾ ਕੰਮ ਨਹੀਂ ਕਰਦੀ ਹੈਗੀ ਇਮਾਨਦਾਰੀ ਮੇਰੀ ਪੈੜ ਰਹੀ ਹੈ ਔਰ ਮੈਂ ਬਿਨਾ ਪੈਸੇ ਨੌਕਰੀ ਲੱਗੀ ਸੀ ਇਸ ਲਈ ਮੇਰੇ ਕੇ ਪਿਤਾ ਅਤੇ ਵੱਡੇ ਭਰਾ ਦੇ ਸਮਾਨ ਅਫਸਰ ਜਸਮਾਨੀ ਸ਼ੋਸ਼ਣ ਕਰਨ ਮੰਨਿਆ ਕਿ ਮੈਂ ਗਰੀਬ ਹਾਂ ਲੇਕਿਨ ਇੱਜ਼ਤਦਾਰ ਪਰਿਵਾਰ ਦੇ ਨਾਲ ਸਬੰਧ ਰੱਖਦੀ ਹਾਂ ਅਗਰ ਅਫਸਰਾਂ ਨੇ ਅਜੀਹ ਹਰਕਤ ਬੰਦ ਨਾ ਕੀਤੀ ਤਾਂ ਮੈਂ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਜਾਵਾਂਗੀ ਐਸਪੀ ਸਰ ਨੇ ਇਸ ਕਾਨੂੰਨੀ ਕੰਮ ਦੇ ਲਈ ਡੀਐਸਪੀ ਤੋਂ ਲੈ ਕੇ ਐਸਐਚਓ ਮੈਡਮ ਤੱਕ ਉਹਨਾਂ ਦੇ ਇਸ ਜੁਰਮ ਦੇ ਵਿੱਚ ਸ਼ਾਮਲ ਹੈ ਜੋ ਕਰਮਚਾਰੀਆਂ ਨੂੰ ਪ੍ਰਮੋਸ਼ਨ ਦਾ ਲਾਲਚ ਦੇ ਕੇ ਅਜਿਹੇ ਕੰਮ ਕਰਵਾਉਣ ਲਈ ਮਜਬੂਰ ਕਰਦੇ ਨੇ ਚੌਥਾ ਦੋਸ਼ ਐਸਐਚਓ ਨੇ ਪੁਲਿਸ ਅਧਿਕਾਰੀ ਦੇ ਨਾਲ ਨਾਜਾਇਜ਼ ਸਬੰਧ ਨੇ ਐਸਐਚਓ ਦੇ ਅਤੇ ਐਸਐਚਓ ਨੇ ਇੱਕ ਗਰੋਹ ਵੀ ਬਣਾਇਆ ਹੋਇਆ ਜਿਸ ਵਿੱਚ ਕਈ ਕੁੜੀਆਂ ਸ਼ਾਮਲ ਨੇ ਇਹ ਅਮੀਰ ਘਰ ਦੇ ਲੜਕੀਆਂ ਤੇ ਫਰਜੀ ਕੇਸ ਦਰਜ ਕਰਵਾਉਂਦੇ ਨੇ ਫਿਰ ਲੱਖਾਂ ਰੁਪਏ ਲੈ ਕੇ ਸਮਝੌਤਾ ਕਰਵਾਉਂਦੇ ਨੇ ਇਸ ਖੇਡ ਦੇ ਵਿੱਚ ਐਸਐਚਓ DSP ਅਤੇ SP ਤਿੰਨੇ ਮਿਲ ਕੇ ਕੰਮ ਕਰਦੇ ਨੇ ਇਸ ਵਿੱਚ ਹਰ ਮਹੀਨੇ ਕਰੋੜਾ ਰੁਪਏ ਦੀ ਕਮਾਈ ਹੈ ਅਗਰ ਤੁਸੀਂ ਇਹਨਾਂ ਪੁਲਿਸ ਅਧਿਕਾਰੀਆਂ ਦੀ ਪ੍ਰਾਪਰਟੀ ਦੀ ਡਿਟੇਲ ਖੰਗਾਲੋਗੇ ਤਾਂ ਸਭ ਕੁਝ ਕਲੀਅਰ ਹੋ ਜਾਏਗਾ ਪੰਜਵਾਂ ਸਭ ਤੋਂ ਵੱਡਾ ਦੋਸ਼ ਇੱਕ ਵਿਧਵਾ ਕਾਂਸਟੇਬਲ ਤੇ ਵੀ SP ਸਰ ਦੀ ਨੀਅਤ ਖਰਾਬ ਹੋਈ ਹੈ ਮੇਰੀ ਤਰ੍ਹਾਂ ਇਸ ਕਾਂਸਟੇਬਲ ਨੇ ਵੀ ਇਨਕਾਰ ਕੀਤਾ ਤਾਂ ਉਸ ਨੂੰ ਵੀ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਇਸ ਬਾਰੇ ਵਿਧਾਇਕ ਨੂੰ ਵੀ ਇਲਾਕੇ ਦੇ ਵਿਧਾਇਕ ਨੂੰ ਵੀ ਦੱਸਿਆ ਗਿਆ ਵਿਧਾਇਕ ਨੇ ਵੀ ਐਸਪੀ ਨੂੰ ਕਿਹਾ ਕਿ ਇਹ ਮੇਰੀ ਭੈਣ ਹੈ ਤਦ ਐਸਪੀ ਨੇ ਕਿਹਾ ਕਿ ਅਗਰ ਤੁਹਾਡੀ ਭੈਣ ਹੈ ਤੈਨੂੰ ਸਮਝ ਲਓ ਅੱਜ ਤੋਂ ਬਾਅਦ ਮੇਰੀ ਭੈਣ ਹੈ ਲੇਕਿਨ ਇਸ ਦੇ ਬਾਵਜੂਦ ਐਸਪੀ ਸਰ ਨੇ ਉਸ ਦੀ ਏਸੀ ਹਰ ਖਰਾਬ ਕਰ ਦਿੱਤੀ ਸੀਐਮ ਸਰ ਮੈਂ ਇਕੱਲੀ ਅਜੀਹੀ ਔਰਤ ਨਹੀਂ ਹਾਂ ਐਸਪੀ ਸਰ ਦੀ ਬੁਰੀ ਨਜ਼ਰ ਹੈ ਜੋ ਵੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਸੋਹਣੀਆਂ ਮਹਿਲਾ ਪੁਲਿਸ ਕਰਮਚਾਰੀਆਂ ਐਸਪੀ ਨੂੰ ਪਸੰਦ ਆਉਂਦੀਆਂ ਨੇ ਉਸ ਤੋਂ ਬਾਅਦ ਫਿਰ ਮਹਿਲਾ ਡੀਐਸਪੀ ਅਤੇ ਐਸਐਚਓ ਉਹਨਾਂ ਕੁੜੀਆਂ ਨੂੰ ਉਹਨਾਂ ਕਰਮਚਾਰੀਆਂ ਨੂੰ ਗੁੰਮਰਾਹ ਕਰਕੇ ਲਾਲਚ ਦੇ ਕੇ ਕਾਨੂੰਨੀ ਕੰਮ ਲਈ ਮਜਬੂਰ ਕਰਦੀਆਂ ਨੇ ਅਗਰ ਉਹ ਨਹੀਂ ਮੰਨਦੀਆਂ ਤਾਂ ਫਿਰ ਉਹਨਾਂ ਦੀ ਏਸੀਅਰ ਖਰਾਬ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਐਸਪੀ ਸਰ ਜਿੱਥੇ ਵੀ ਤਨਾਤ ਰਹੇ ਨੇ ਉੱਥੇ ਵੀ ਕਈਆਂ ਕਰਮਚਾਰੀਆਂ ਦੇ ਨਾਲ ਉਹਨਾਂ ਦੇ ਨਿਜਾਇਜ਼ ਸਬੰਧ ਰਹੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਇਹ ਕਹਿ ਕੇ ਐਸਪੀ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਲੈ ਕੇ ਜਾਂਚ ਜਾਰੀ ਹੈ ਕਿਉਂਕਿ ਚਿੱਠੀ ਵਾਇਰਲ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹ ਲਾਲ ਬੜੋਲੀ ਨੇ ਸਪਸ਼ਟ ਕਰ ਦਿੱਤਾ ਉੱਥੇ ਹੀ ਆਈਜੀ ਹਸਾਰ ਰੇਜ਼ ਦੇ ਐਮ ਰਵੀ ਕਿਰਨ ਦਾ ਕਹਿਣਾ ਕਿ ਸੋਸ਼ਲ ਮੀਡੀਆ ਤੇ ਇੱਕ ਸ਼ਿਕਾਇਤ ਵਾਇਰਲ ਹੋ ਰਹੀ ਹੈ ਮਗਰ ਉਸ ਸਬੰਧ ਵਿੱਚ ਉਹਨਾਂ ਕੋਲ ਹੁਣ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਅਗਰ ਮੇਰੇ ਕੋਲ ਕੋਈ ਸ਼ਿਕਾਇਤ ਆਉਂਦੀ ਆ ਤਾਂ ਮੈਂ ਲਾਜ਼ਮੀ ਤੌਰ ਤੇ ਜਾਂਚ ਦੇ ਆਦੇਸ਼ ਦਵਾਂਗਾ ਲੇਕਿਨ ਫਿਲਹਾਲ ਵਾਇਰਲ ਚਿੱਠੀ ਦੇ ਪਿੱਛੇ ਕੀ ਸੱਚ ਹੈ ਔਰ ਇੱਕ ਆਈਪੀਐਸ ਅਧਿਕਾਰੀ ਜੋ ਐਸਪੀ ਜ਼ਿਲ੍ਹੇ ਦਾ ਕਿਵੇਂ ਉਹਦੇ ਨਾਲ ਇੱਕ ਮਹਿਲਾ ਡੀਐਸਪੀ ਤੇ ਇੱਕ ਮਹਿਲਾ ਐਸਐਚਓ ਮਿਲੇ ਹੋਏ ਨੇ ਤੇ ਕਿਵੇਂ ਹੇਠਲੇ ਰੈਂਕ ਤੇ ਤਨਾਤ ਮਹਿਲਾ ਕਰਮਚਾਰੀਆਂ ਨੂੰ ਮਾਨਸਿਕ ਤੌਰ ਤੇ ਔਰ ਜਿੰਸੀ ਸੋਸ਼ਣ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਲਾਜ਼ਮੀ ਤੌਰ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਉਹ ਕਿਹੜਾ ਆਈਪੀਐਸ ਅਫਸਰ ਆ ਜਿਹੜਾ ਸੋਹਣੀਆਂ ਮਲਾਜਮ ਕੁੜੀਆਂ ਤੇ ਭੈੜੀ ਤੇ ਗੰਦੀ ਨਜ਼ਰ ਰੱਖਦਾ ਔਰ ਇਥੋਂ ਤੱਕ ਕਿ ਜਿਹੜੀ ਚਿੱਠੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਵਿਧਵਾ ਕਨਸਟੇਬਲ ਨੂੰ ਵੀ ਬਖਸ਼ਿਆ ਨਹੀਂ ਗਿਆ ਜਦਕਿ ਇੱਕ ਐਮਐਲਏ ਨੇ ਸਿਫਾਰਿਸ਼ ਵੀ ਕੀਤੀ ਕਿ ਇਹਦੇ ਨਾਲ ਅਜੀਹਾ ਹਰਕਤਾਂ ਨਾ ਕਰੋ ਬਾਜੋ ਲੇਕਿਨ ਇਸ ਦੇ ਬਾਵਜੂਦ ਉਸ ਐਸਪੀ ਨੇ ਉਸ ਵਿਧਵਾ ਕਨਸਟੇਬਲ ਦੀ ਏਸੀਆਰ ਖਰਾਬ ਕਰ ਦਿੱਤੀ ਉਹ ਗਰੋ ਕਿ ਵੱਡੇ ਘਰਾਂ ਨੂੰ ਫਸਾਉਣ ਵਾਸਤੇ ਐਸਐਚ ਤੋਂ ਡੀਐਸਪੀ ਤੇ ਐਸਪੀ ਮਿਲੇ ਹੋਏ ਨੇ ਤੇ ਉਹਨਾਂ ਨੇ ਇੱਕ ਅਜੀਹਾ ਧੰਦਾ ਚਲਾਇਆ ਅਜੀਹਾ ਉਹਨਾਂ ਕੋਲ ਕੁੜੀਆਂ ਵੀਆ ਜੋ ਅਮੀਰ ਘਰਾਂ ਦੇ ਮੁੰਡਿਆਂ ਨੂੰ ਫਸਾਉਂਦੀਆਂ ਨੇ ਫਿਰ ਮਹੀਨੇ 'ਚ ਕਰੋੜਾ ਰੁਪਏ ਕਮਾਉਂਦੇ ਨੇ ਦੇ ਦਿਆਂ ਕਿ ਨਾਇਬ ਸੈਨਿਕ ਸਰਕਾਰ ਇਸ ਮਸਲੇ ਦੀ ਕਿੰਨੀ ਗੰਭੀਰਤਾ ਦੇ ਨਾਲ ਤੇ ਕਿੰਨੀ ਛੇਤੀ ਜਾਂਚ ਕਰਵਾਉਂਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਧਰਤ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ